ਅਸੀਂ ਵੀ ਉੱਥੇ ਬੈਰੀਕੇਡ ਪਟਾ ਰਹੇ ਸੀ ਸ਼ੰਭੂ ਬੋਰਡਰ 'ਤੇ, ਉਹਨਾਂ ਗੋਲੀਆਂ ਦੇ ਫਾਇਰ ਕਰ ਰਹੇ ਉੱਥੇ ਸਾਡੇ। ਕਿੰਨੇ ਟਾਂਕੇ ਲੱਗੇ ਸਰ ਤੁਹਾਡੇ? 8 ਟਾਂਕੇ ਲੱਗੇ। ਕਿੱਥੋਂ ਆਏ ਤੁਸੀਂ ਸਰ? ਅਸੀਂ ਮਰਦਾਂ ਕਿੱਥੋਂ ਬੋਰਡਰ ਤੋਂ ਆਏ ਜੀ, ਪਿੰਡ ਮਰਦਾਂ ਫਿਰ ਆਪਣਾ ਸ਼ੰਭੂ ਬੈਰੀਅਰ 'ਤੇ ਜੀ। ਆਪਣਾ ਖੱਟੜ ਸਰਕਾਰ ਹਰਿਆਣਾ ਸਰਕਾਰ ਨੇ ਗੋਲੇ ਸਿੱਟੀਆਂ ਜੀ, ਅੱਗੇ ਬੰਬ ਵੀ ਸਿੱਟਿਆ ਨੇ, ਆਹ ਦੇਖੋ ਜੀ ਸਾਰੀ ਚਮੜੀ ਫੂਕਤੀ, ਅਤੇ ਉਹਦੇ ਬਾਅਦ 'ਚ ਇੱਕ ਦੂਜੇ ਗੋਲੇ ਸਿੱਟਿਆ ਨੇ, ਆਏ ਜੀ ਇਹ ਰਾਵਟ ਦੇ ਹੈ ਜੀ, ਇਹ ਜਿੱਥੇ ਵੱਜਦਾ 4-5 ਇੰਚ ਡੂੰਘਾ ਟੋਆ ਪਾ ਦਿੰਦਾ ਜੀ, 8-10 ਟਾਂਕੇ ਲੱਗਦੇ ਜੀ। ਫਿਰ ਕਿੰਨੇ ਕੁ ਬੰਦੇ ਆਪਣੇ ਫੱਟੜ ਹੋਏ ਉੱਥੇ ਸਰ? ਉੱਥੇ ਇਸ ਟਾਈਮ ਤਾਂ ਜਦੋਂ ਮੈਂ ਸੀਗਾ ਉੱਥੇ ਤਾਂ 10-12 ਸੀਗੇ ਜੀ, ਉਸ ਤੋਂ ਬਾਅਦ ਹੁਣ ਗਿਣਤੀ ਵੱਧ ਗਈ ਹੋਣੀ ਹੈ, ਮੇਰੇ ਘਰ 500 ਹੋ ਗਈ ਹੋਣੀ ਜੀ। ਸੰਗਤ ਮਤਲਬ ਦਿੱਲੀ ਮਤਲਬ ਕਿ ਰੋਕ ਰਹੇ ਜਾਣੇ ਤੋਂ? ਹਾਂਜੀ ਹਾਂਜੀ। ਵਾਪਰੀ ਕੀ ਆ ਵੀ ਜਦ ਅਸੀਂ ਸ਼ੰਭੂ ਬਾਰਡਰ 'ਤੇ ਪੁੱਜੇ ਹਾਂ ਤਾਂ ਬੈਰੀਕੇਡ ਬਹੁਤ ਹੋਏ ਆ, ਅਸੀਂ ਆਪਣਾ ਟਰੈਕਟਰ ਖੜ੍ਹ ਕੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਆ, ਜਦ ਕੋਸ਼ਿਸ਼ ਕੀਤੀ ਆ ਤਾਂ ਉਹਨਾਂ ਨੇ ਮਾਰੀ ਆ ਗੋਲੀ, ਵੱਜੀ ਆ ਜਾਂ ਕੀ ਵੱਜੀ ਆ, ਪੂਰੀ ਉਂਗਲ ਲੱਗ ਗਈ ਖੱਬੇ ਹੱਥ ਦੀ, ਤੀਸੀ ਦੇ ਨਾਲ ਦੀ ਉਂਗਲ ਜਿਹੜੀ ਉਹ ਲੱਗ ਗਈ, ਇਹਦਾ ਐਕਸਰਾ ਵੀ ਹੋ ਗਿਆ ਹੁਣ ਹੋਸਪਿਟਲਾਂ। ਦੇਖੋ ਕੀ ਪ੍ਰਦਰਸ਼ਨ ਕਰਕੇ ਕੱਟਦੇ ਆ, ਕੀ ਕਰਦੇ ਆ, ਕੀ ਨਾ ਸਰਕਾਰ ਜਿਹੜੀ ਆ ਬਹੁਤ ਧੱਕਾ ਕਰਦੀ ਹੈ ਕਿਸਾਨਾਂ ਨਾਲ। ਅਸੀਂ ਕਿਸਾਨ ਸੰਘਰਸ਼ ਕਮੇਟੀ ਦਾ ਮੇਨ ਬੇਨਤੀ ਜ਼ਿਲ੍ਹਾ ਸਿਹਤ ਮੇਰੇ 60 ਸਾਲ ਦਾ ਹੈ। ਕਿਹੜੀ ਕਿਸਾਨ ਜਥੇਬੰਦੀ ਹੈ ਸਰ? ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਧੇਰ ਗਰੁੱਪ ਜੀ। ਕਿੱਥੋਂ ਆਏ ਸੀ ਸਰ? ਮੈਂ ਸਠਿਆਲਾ ਪਿੰਡ ਮੇਰਾ ਜੀ ਵਿਆਹ। ਹਾਂ, ਇਹ ਸ਼ੰਭੂ ਬਾਰਡਰ ਦੇ ਉੱਪਰ? ਹਾਂਜੀ। ਇਹ ਕੀ ਘਟਨਾ ਵਾਪਰੀ ਤੁਹਾਡੇ ਨਾਲ? ਘਟਨਾ ਜੀ ਮੇਰੇ ਬੰਬ ਮਾਰਿਆ, ਇੱਕ ਧੌਮ ਦੇ ਵਿੱਚ ਮਾਰਿਆ ਅਤੇ ਦੂਜਾ ਹੱਥ 'ਤੇ ਮਾਰਿਆ ਦਿਲ ਵਾਲਾ। ਮਤਲਬ ਕਿਸਾਨਾਂ ਨੂੰ ਰੋਕ ਰਹੇ ਜਾਣੇ ਤੋਂ? ਉਹਨਾਂ ਨੂੰ ਰੋਕ ਰਹੇ ਜੀ। ਹਾਂਜੀ, ਕਿਸਾਨਾਂ ਦੇ ਨਾਲ ਅਸੀਂ ਆਉਣਾ ਵਾ ਅੱਗੇ ਵਾਸਤੇ ਵੀ ਆਉਣਾ, ਕੋਈ ਡਰ ਨਹੀਂ ਸਾਨੂੰ, ਪਿੱਛੇ ਨਹੀਂ ਹਟਾਂਗੇ, ਇਹੋ ਜਿਹੀ ਕੋਈ ਗੱਲ ਨਹੀਂ, ਮੁਸ਼ਕਲ ਨਹੀਂ ਕੋਈ ਵੀ। ਠੀਕ ਆ ਜੀ, ਜਿੱਥੇ ਸਾਡੇ ਮੈਂਬਰ ਆ ਸਾਰੇ ਜ਼ਿਲ੍ਹੇ ਸਾਰੇ ਅਸੀਂ ਇਕੱਠੇ ਆਏ ਹਾਂ ਪਿੰਡ ਤੋਂ, ਪਿੰਡ ਸਖਿਆਲੇ ਤੋਂ। ਸਰ ਲਗਭਗ ਆਪਣੀਆਂ 3-4 ਗੱਡੀਆਂ ਚੱਲ ਰਹੀਆਂ ਨੇ ਜੀ ਉੱਧਰੋਂ, ਅਤੇ 15-18 ਮਰੀਜ਼ ਲੈ ਕੇ ਆ ਚੁੱਕੇ ਹਾਂ ਜੀ ਇੱਥੇ। ਅਸੀਂ ਕੋਈ ਸੀਰੀਅਸ ਤਾਂ ਨਹੀਂ ਹਾਲਤ ਕਿਸੇ ਦੀ? ਸਰ ਵਿੱਚ ਸੀਰੀਅਸ ਮਰੀਜ਼ ਹੈਗੇ ਨੇ ਜੀ, ਕਈਆਂ ਦੇ ਜ਼ਿਆਦਾ ਸੱਟ ਲੱਗੀ ਹੋਈ ਹੈ ਜੀ, ਕਈਆਂ ਦੇ ਸੱਟ ਘੱਟ ਹੈ ਜੀ, ਉਹ ਵੀ ਹਸਪਤਾਲ ਨੂੰ ਰੈਫਰ ਕੀਤੇ ਹੋਏ ਨੇ ਜੀ। ਅਸੀਂ ਵੀ ਉੱਥੇ ਬੈਰੀਕੇਡ ਪਟਾ ਰਹੇ ਸੀ ਸ਼ੰਭੂ ਬੋਰਡਰ 'ਤੇ, ਉਹਨਾਂ ਗੋਲੀਆਂ ਦੇ ਫਾਇਰ ਕਰ ਰਹੇ ਉੱਥੇ ਸਾਡੇ। ਕਿੰਨੇ ਟਾਂਕੇ ਲੱਗੇ ਸਰ ਤੁਹਾਡੇ? 8 ਟਾਂਕੇ ਲੱਗੇ। ਕਿੱਥੋਂ ਆਏ ਤੁਸੀਂ ਸਰ? ਅਸੀਂ ਮਰਦਾਂ ਕਿੱਥੋਂ ਬੋਰਡਰ ਤੋਂ ਆਏ ਜੀ, ਪਿੰਡ ਮਰਦਾਂ ਫਿਰ ਆਪਣਾ ਸ਼ੰਭੂ ਬੈਰੀਅਰ 'ਤੇ ਜੀ। ਆਪਣਾ ਖੱਟੜ ਸਰਕਾਰ ਹਰਿਆਣਾ ਸਰਕਾਰ ਨੇ ਗੋਲੇ ਸਿੱਟੇ ਜੀ, ਅੱਗੇ ਬੰਬ ਵੀ ਸਿੱਟੇ ਨੇ, ਆਹ ਦੇਖੋ ਜੀ ਸਾਰੀ ਚਮੜੀ ਫੂਕਤੀ, ਅਤੇ ਉਹਦੇ ਬਾਅਦ 'ਚ ਇੱਕ ਦੂਜੇ ਗੋਲੇ ਸਿੱਟਿਆ ਨੇ, ਆਏ ਜੀ ਇਹ ਰਾਵਟ ਦੇ ਹੈ ਜੀ, ਇਹ ਜਿੱਥੇ ਵੱਜਦਾ 4-5 ਇੰਚ ਡੂੰਘਾ ਟੋਆ ਪਾ ਦਿੰਦਾ ਜੀ, 8-10 ਟਾਂਕੇ ਲੱਗਦੇ ਜੀ। ਫਿਰ ਕਿੰਨੇ ਕੁ ਬੰਦੇ ਆਪਣੇ ਫੱਟੜ ਹੋਏ ਉੱਥੇ ਸਰ? ਉੱਥੇ ਇਸ ਟਾਈਮ ਤਾਂ ਜਦੋਂ ਮੈਂ ਸੀਗਾ ਉੱਥੇ ਤਾਂ 10-12 ਸੀਗੇ ਜੀ, ਉਸ ਤੋਂ ਬਾਅਦ ਹੁਣ ਗਿਣਤੀ ਵੱਧ ਗਈ ਹੋਣੀ ਹੈ, ਮੇਰੇ ਘਰ 500 ਹੋ ਗਈ ਹੋਣੀ ਜੀ। ਸੰਗਤ ਮਤਲਬ ਦਿੱਲੀ ਮਤਲਬ ਕਿ ਰੋਕ ਰਹੇ ਜਾਣੇ ਤੋਂ? ਹਾਂਜੀ ਹਾਂਜੀ। ਵਾਪਰੀ ਕੀ ਆ ਵੀ ਜਦ ਅਸੀਂ ਸ਼ੰਭੂ ਬਾਰਡਰ 'ਤੇ ਪੁੱਜੇ ਹਾਂ ਤਾਂ ਬੈਰੀਕੇਡ ਬਹੁਤ ਹੋਏ ਆ, ਅਸੀਂ ਆਪਣਾ ਟਰੈਕਟਰ ਖੜ੍ਹ ਕੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਆ, ਜਦ ਕੋਸ਼ਿਸ਼ ਕੀਤੀ ਆ ਤਾਂ ਉਹਨਾਂ ਨੇ ਮਾਰੀ ਆ ਗੋਲੀ, ਵੱਜੀ ਆ ਜਾਂ ਕੀ ਵੱਜੀ ਆ, ਪੂਰੀ ਉਂਗਲ ਲੱਗ ਗਈ ਆ ਖੱਬੇ ਹੱਥ ਦੀ, ਤੀਸੀ ਦੇ ਨਾਲ ਦੀ ਉਂਗਲ ਜਿਹੜੀ ਉਹ ਲੱਗ ਗਈ।
ਇਹਦਾ ਐਕਸਰਾ ਵੀ ਹੋ ਗਿਆ ਹੁਣ ਹੋਸਪਿਟਲਾਂ ਦੇਖੋ ਕੀ ਪ੍ਰਦਰਸ਼ਨ ਕਰਕੇ ਖੱਟਦੇ ਆ ਕੀ ਕਰਦੇ ਆ ਕੀ ਨਾ ਸਰਕਾਰ ਜਿਹੜੀ ਆ ਬਹੁਤ ਧੱਕਾ ਕਰਦੀ ਹੈ ਕਿਸਾਨਾਂ ਨਾਲ ਅਸੀਂ ਕਿਸਾਨ ਸੰਘਰਸ਼ ਕਮੇਟੀ ਦਾ ਮੇਨ ਜਿਹੜੇ ਜ਼ਿਲ੍ਹਾ ਸਿਆਲਕੋਟ ਮੇਰੇ 60 ਸਾਲ ਦਾ ਹੈ। ਕਿਹੜੀ ਕਿਸਾਨ ਜਥੇਬੰਦੀ ਹੈ ਸਰ? ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਧੇਰ ਗਰੁੱਪ ਜੀ। ਕਿੱਥੋਂ ਆਏ ਸੀ ਸਰ? ਮੈਂ ਸਠਿਆਲਾ ਪਿੰਡ ਮੇਰਾ ਜੀ ਵਿਆਹ ਕੇ ਹਾਂ ਇਹ ਸ਼ੰਭੂ ਬਾਰਡਰ ਦੇ ਉੱਪਰ। ਹਾਂਜੀ ਇਹ ਕੀ ਘਟਨਾ ਵਾਪਰੀ ਤੁਹਾਡੇ ਜਿਹੜੇ? ਘਟਨਾ ਜੀ ਮੇਰੇ ਬੰਬ ਮਾਰਿਆ, ਇੱਕ ਧੌਣ ਦੇ ਵਿੱਚ ਮਾਰਿਆ ਅਤੇ ਦੂਜਾ ਹੱਥ 'ਤੇ ਮਾਰਿਆ ਦਿਲੋਂ ਵਾਲਾ। ਮਤਲਬ ਕਿਸਾਨਾਂ ਨੂੰ ਰੋਕ ਰਹੇ ਜਾਣੇ ਤੋਂ? ਉਹਨਾਂ ਨੂੰ ਰੋਕ ਰਹੇ ਜੀ। ਹਾਂਜੀ ਕਿਸਾਨਾਂ ਦੇ ਨਾਲ ਅਸੀਂ ਆਉਣਾ ਵਾ ਅੱਗੇ ਵਾਸਤੇ ਵੀ ਆਉਣਾ, ਕੋਈ ਡਰ ਨਹੀਂ ਸਾਨੂੰ, ਪਿੱਛੇ ਨਹੀਂ ਹਟਾਂਗੇ, ਇਹੋ ਜਿਹੀ ਕੋਈ ਗੱਲ ਨਹੀਂ ਗੀ, ਮੁਸ਼ਕਲ ਨਹੀਂ ਕੋਈ ਵੀ। ਠੀਕ ਆ ਜੀ, ਜਿੱਥੇ ਸਾਡੇ ਮੈਂਬਰ ਆ ਸਾਰੇ ਜ਼ਿਲ੍ਹੇ ਸਾਰੇ ਅਸੀਂ ਇਕੱਠੇ ਆਏ ਹਾਂ ਪਿੰਡ ਤੋਂ, ਪਿੰਡ ਸਖਿਆਲੇ ਤੋਂ। ਸਰ ਲਗਭਗ ਆਪਣੀਆਂ 3-4 ਗੱਡੀਆਂ ਚੱਲ ਰਹੀਆਂ ਨੇ ਜੀ ਉੱਧਰੋਂ, ਅਤੇ 15 ਤੋਂ 18 ਮਰੀਜ਼ ਲੈ ਕੇ ਆ ਚੁੱਕੀਆਂ ਜੀ ਇੱਥੇ। ਅਸੀਂ ਕੋਈ ਸੀਰੀਅਸ ਤਾਂ ਨਹੀਂ ਹਾਲਤ ਕਿਸੇ ਦੀ? ਸਰ ਵਿੱਚ ਸੀਰੀਅਸ ਮਰੀਜ਼ ਹੈਗੇ ਨੇ ਜੀ, ਕਈਆਂ ਦੇ ਜ਼ਿਆਦਾ ਸੱਟ ਲੱਗੀ ਹੋਈ ਹੈ ਜੀ, ਕਈਆਂ ਦੇ ਸੱਟ ਘੱਟ ਹੈ ਜੀ, ਉਹ ਵੀ ਹਸਪਤਾਲ ਨੂੰ ਰੈਫਰ ਕੀਤੇ ਹੋਏ ਨੇ ਜੀ।